ਪਾਠ ਪਹਿਲਾ ਕੂਚ ਦੀ ਪੋਥੀ ਉਹਦਾ 34 ਬਾਬ 29 ਤੋਂ 35 ਐਤ ਤੱਕ ਮੂਸਾ ਸਾਖੀ ਦੀਆਂ ਦੋਹਾਂ ਪੱਟੀਆਂ ਲੈ ਕੇ ਪਹਾੜ ਦੇ ਹੇਠਾਂ ਉੱਤਰ ਆਇਆ। ਉਸ ਸਮੇਂ ਪਰਮੇਸ਼ੁਰ ਨਾਲ ਗੱਲਾਂ ਕਰਨ ਦੇ ਕਾਰਨ ਉਸ ਦੇ ਮੁੱਖ 'ਤੇ ਨੂਰਾਨੀ ਚਮਕ ਸੀ। ਇਹ ਨੂਰਾਨੀ ਚਮਕ ਦੇਖ ਕੇ ਹਾਰੂਨ ਅਤੇ ਇਸਰਾਇਲ ਦੇ ਬਜ਼ੁਰਗ ਮੂਸਾ ਦੇ ਲਾਗੇ ਜਾਣ ਤੋਂ ਡਰਨ ਲੱਗੇ। ਤਦ ਮੂਸਾ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਤਾਂ ਉਹ ਸਭ ਆਏ ਅਤੇ ਮੂਸਾ ਨੇ ਉਹਨਾਂ ਨਾਲ ਗੱਲਾਂ ਕੀਤੀਆਂ। ਇਸ ਦੇ ਪਿੱਛੋਂ ਇਸਰਾਇਲ ਦੇ ਸਭ ਲੋਕ ਮੂਸਾ ਕੋਲ ਆਏ ਅਤੇ ਉਸ ਨੇ ਉਹਨਾਂ ਨੂੰ ਉਹ ਸਭ ਹੁਕਮ ਦਿੱਤੇ ਜੋ ਉਸ ਨੂੰ ਪ੍ਰਭੂ ਤੋਂ ਸੀਨੇ ਪਹਾੜ 'ਤੇ ਮਿਲੇ ਸਨ। ਮੂਸਾ ਨੇ ਸਭ ਗੱਲਾਂ ਕਹਿਣ ਦੇ ਪਿੱਛੋਂ ਆਪਣੇ ਮੂੰਹ ਤੋਂ ਪੱਲਾ ਲੈ ਲਿਆ। ਸੋ ਮੂਸਾ ਹਮੇਸ਼ਾ ਜਦੋਂ ਪ੍ਰਭੂ ਸਾਹਮਣੇ ਜਾਂਦਾ ਸੀ ਤਾਂ ਆਪਣੇ ਮੂੰਹ ਤੋਂ ਪੱਲਾ ਲਾ ਲੈਂਦਾ ਸੀ, ਪਰ ਬਾਹਰ ਆ ਕੇ ਲੋਕਾਂ ਨੂੰ ਪ੍ਰਭੂ ਦੇ ਹੁਕਮ ਸੁਣਾਉਣ ਸਮੇਂ ਫਿਰ ਆਪਣਾ ਮੁੱਖ ਟੱਕ ਲੈਂਦਾ ਸੀ। ਲੋਕ ਮੂਸਾ ਦੇ ਮੂੰਹ 'ਤੇ ਨੂਰਾਨੀ ਚਮਕ ਦੇਖਦੇ ਸਨ ਅਤੇ ਉਹ ਉਹਨਾਂ ਨਾਲ ਗੱਲਾਂ ਕਰਦੇ ਸਮੇਂ ਆਪਣੇ ਮੁੱਖ 'ਤੇ ਪੱਲਾ ਲੈ ਲੈਂਦਾ ਸੀ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਅੱਜ ਦੀ ਅੰਜੀਲ ਸੰਤ ਮਤੀ ਦੇ ਅਨੁਸਾਰ ਉਹਦੀ 13 ਬਾਬ 44 ਤੋਂ 46 ਐ ਤੱਕ। ਸਵਰਗ ਰਾਜ ਖੇਤ ਵਿੱਚ ਲੁਕੇ ਖਜ਼ਾਨੇ ਵਾਂਗ ਹੈ ਜੋ ਕਿਸੇ ਮਨੁੱਖ ਨੂੰ ਲੱਭ ਪੈਂਦਾ ਹੈ ਅਤੇ ਉਹ ਉਸ ਨੂੰ ਫਿਰ ਛੁਪਾ ਦਿੰਦਾ ਹੈ। ਫਿਰ ਉਹ ਖੁਸ਼ੀ ਖੁਸ਼ੀ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ। ਫਿਰ ਸਵਰਗ ਰਾਜ ਉਸ ਵਪਾਰੀ ਵਾਂਗ ਹੈ ਜੋ ਵਧੀਆ ਮੋਤੀ ਦੀ ਭਾਲ ਵਿੱਚ ਨਿਕਲਦਾ ਹੈ। ਉਸ ਨੂੰ ਇੱਕ ਵਡਮੁੱਲਾ ਮੋਤੀ ਲੱਭ ਜਾਂਦਾ ਹੈ ਤਾਂ ਉਹ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲੈਂਦਾ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ।